ਜੈ ਹਾਂਜੀ ਜੇ ਖਤੂਨ ਅਰਸ਼ਾਦ ਹੁਕਮ ਜੀ ਅਮਰੀਕੀ ਓਏ ਰਾਮ ਕਰ ਓਏ ਚੱਲ ਚੱਲ ਗੱਲ ਕਰ ਗੱਲ ਕਰ ਜੀ ਹਾਂਜੀ ਬੂਟਾ ਜੀ ਮੇਰੀ ਭੈਣ ਆ ਗਈ ਤੜਕੋ ਬੇਵਕੂਫਾ ਕੋਈ ਗੱਲ ਨਹੀਂ ਤੁਸੀਂ ਇਹਨੂੰ ਨਾ ਆਪਣਾ ਇਹ ਜਜ਼ਬਾਤੀ ਹੋ ਗਈ ਸੀ ਇਹ ਮੈਂ ਆਈ ਆ ਤੇ ਤੇਰੇ ਵਾਸਤੇ ਆਈ ਆ ਨਾ ਮੈਨੂੰ ਪਤਾ ਮੈਂ ਵੀ ਬਰਦਾਸ਼ਤ ਕਰਦੀ ਮੈਂ ਵੀ ਚੁੱਪ ਰਹੀ ਨਹੀਂ ਬੋਲਦੀ ਨਹੀਂ ਬੋਲਦੀ ਮੇਰੇ ਕੋ ਨਹੀਂ ਬਰਦਾਸ਼ਤ ਹੁੰਦਾ ਚੱਲ ਕੋਈ ਨਹੀਂ ਕਹਿ ਰਹਾ ਚੱਲ ਪਰ ਇਹ ਦੇਖੋ ਅੱਛਾ ਉਹਨੂੰ ਵਾਪਸ ਬੁਲਾ ਤਸ਼ੱਦਦ ਇਹਨਾਂ ਮਾਰਕੁਟਾਈ ਬੜੀ ਹੁੰਦੀ ਉਹ ਕੀ ਬੋਲੇ ਹਾਂ ਇਹ ਹੁਣ ਵੀ ਕੁਝ ਤਸ਼ੱਦਦ ਕਰ ਰਿਹਾ ਮੈਨੂੰ ਲੱਗਦਾ ਹਾਂ ਉਹਨੂੰ ਹਾਂ ਦੇਖੋ ਤੁਸੀਂ ਜਰਾ ਗੌਰ ਕਰੋ ਕਿ ਕੰਮ ਕੋਈ ਨਹੀਂ ਕਰਦਾ ਤੇ ਕਿੰਨਾ ਕੰਮ ਕਰਦਾ ਦੇਖੋ ਤੇ ਕੰਮ ਵੀ ਕੋਈ ਨਹੀਂ ਕਰਦਾ ਗੱਲ ਗੌਰ ਕਰੋ ਉਹਨੂੰ ਕਹਿ ਮੇਰਾ ਬੰਦਾ ਬਹੁਤ ਚੰਗਾ ਇਹ ਵੀ ਸਹੀ ਅੱਛਾ ਇੱਥੋਂ ਤੇ ਛੱਡੋ ਅੱਛਾ ਕਹਿ ਦਿੱਤੀ ਆ ਇੱਥੋਂ ਤੇ ਛੱਡੋ ਖਵਾਸ ਬੰਦ ਕਰ ਲਾ ਮੈਂ ਇਧਰੋਂ ਬੱਖੀ ਚੋਂ ਮਾਰ ਲਾ ਪਹਿਲੇ ਤੂੰ ਮਾਰ ਲਾ ਮੈਨੂੰ ਚੁੱਪ ਕਰ ਜਾ ਉਹਦਾ ਤੈਨੂੰ ਗੱਲ ਨਹੀਂ ਆਉਂਦੀ ਹਨਾ ਉਹਦਾ ਤੈਨੂੰ ਗੱਲ ਨਹੀਂ ਆਉਂਦੀ ਲੜਾਈ ਹੋਵੇ ਤੇਰੀ ਏਡੀ ਕੁੱਤਿਆਂ ਜਿਹੀ ਜ਼ਬਾਨ ਚੱਲਦੀ ਹੈ ਉਹਦਾ ਤੈਨੂੰ ਕੋਈ ਕੰਮ ਕਰ ਦਿਓ ਮੈਂ ਨਹੀਂ ਮੈਂ ਨਹੀਂ ਮੈਂ ਨਹੀਂ ਤਾਂ ਕਰਨਾ ਮੈਂ ਨਹੀਂ ਤਾਂ ਕਰਨਾ ਮੈਂ ਨਹੀਂ ਤਾਂ ਕਰਨਾ ਤੇ ਇੱਥੇ ਗੱਲ ਤੇਰੀ ਗੱਲ ਤੇ ਤੈਨੂੰ ਤੇਰੀ ਬਾਹਰ ਨਹੀਂ ਨਿਕਲਦੀ ਇੱਥੇ ਚਲੋ ਗੱਲ ਕਰੋ ਉਹਦੇ ਨਾਲ ਹੈਲੋ ਹਾਂਜੀ ਆ ਵੇਖਿਆ ਬੂਟਾ ਜੀ ਤੁਸੀਂ ਏਡੀ ਸ਼ਰੀਫ ਆ ਵਿਚਾਰੀ ਗੱਲ ਨਹੀਂ ਉਹਦੇ ਮੂੰਹ ਗੱਲ ਨਹੀਂ ਨਿਕਲਦੀ ਦੇਖ ਰਹੇ ਅਸੀਂ ਹਾਂਜੀ ਆ ਜਿਹੜੀ ਤੁਹਾਡੇ ਕੋਲ ਬੈਠੀ ਨਾ ਮੇਰੇ ਘਰ ਦਾ ਬੇੜਾ ਮੇਰੀਆਂ ਬੇੜੀਆਂ 'ਚ ਵੱਟੇ ਸੌ ਰੁਪਏ ਪਾਏ ਆ ਤੇ ਇਹਨਾਂ ਨੂੰ ਫਾਰਕ ਕਰ ਦਿਓ ਫਾਰਕ ਕਿੱਥੇ ਜੀ ਉਹ ਨਹੀਂ ਜਾਂਦੇ ਉਹ ਨਹੀਂ ਫਾਰਕ ਹੁੰਦੀ ਮੈਨੂੰ ਫਾਰਕ ਕਰਨ ਦੇ ਚੱਕਰ 'ਚ ਆਏ ਕਿਉਂ ਨਹੀਂ ਭਾਜਣ ਤੁਸੀਂ ਆਪਣਾ ਮਕਾਨ ਆਪਣਾ ਲੈਦਾ ਕਿਰਾਏ ਦੇ ਮਕਾਨ ਲੈ ਲਓ ਇਹਨੂੰ ਲੈਦਾ ਰਹਿਣ ਦੇ ਉਹਦੀ ਤਨਖਾਹ ਚੰਗੀ ਭਲੀ ਭਾਜੀ ਮੈਨੂੰ ਜਿਸ ਦਿਨ ਨੌਕਰੀ ਲੱਭ ਗਈ ਮੈਂ ਇੱਕ ਮਿੰਟੇ ਸੌ ਰੁਪਏ ਨੂੰ ਬਰਦਾਸ਼ਤ ਨੌਕਰੀ ਕਿੱਥੇ ਮਿਲਣੀ ਤੈਨੂੰ ਮੈਂ ਇਹਨਾਂ ਦਾ 1.5 ਲੱਖ ਰੁਪਇਆ ਐਡਵਾਂਸ ਵੀ ਦਿੱਤਾ ਹੈ ਚੰਗੀ ਬਣ ਕੇ ਇੱਥੇ ਬਹਿ ਗਈ ਜ਼ਿੰਦਗੀ ਚ ਪਹਿਲੀ ਵਾਰੀ ਮੈਂ ਤੇਰੇ ਵੇਖਿਆ ਨਕਾਬ ਕੀਤਾ ਐਡੀ ਕਿਤੇ ਤੂੰ ਪਰਦੇਦਾਰ ਕਿੱਡਾ ਸੋਹਣਾ ਪਰਦਾ ਕਰਕੇ ਆ ਗਈ ਕਿਤੇ ਵੈਸੇ ਹੀ ਪਰਦਾ ਕਰ ਜਾ ਦੁਨੀਆਂ ਤੋਂ ਕਿਤੇ ਮਗਰੋਂ ਲੱਥ ਬਹੁਤ ਖਿਲਣ ਗਈ ਇਸ ਪ੍ਰੋਗਰਾਮ ਦੇ ਵਿੱਚ।